ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਵਿਚ ਪਿੰਡ ਬੜਵਾਲ ਦੇ ਵਿਚ ਪੁਰਾਣੀ ਰੰਜਿਸ਼ ਦੇ ਚਲਦੇ ਇਕ ਔਰਤ ਦੇ ਨਾਲ ਕਥਿਤ ਤੌਰ ਦੇ ਉਤੇ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਦੇ ਵੱਲੋਂ ਇਸ ਘਟਨਾ ਦੇ ਬਾਰੇ ਆਪਣੇ ਪਤੀ ਨੂੰ ਦੱਸਿਆ ਗਿਆ ਤਾਂ ਪੀੜਤ ਔਰਤ ਅਤੇ ਉਸ ਦੇ ਪਤੀ ਨੇ ਉਨ੍ਹਾਂ ਦੇ ਹੀ ਪਿੰਡ ਦੀ ਪੁਲਿਸ ਚੌਕੀ ਦੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ, ਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਾ ਹੁੰਦੇ ਵੇਖ ਪੀੜਤ ਔਰਤ ਅਤੇ ਉਸ ਦਾ ਪਤੀ ਅਜਨਾਲਾ ਪੁਲਿਸ ਕੋਲ ਜਾ ਰਹੇ ਸਨ ਤਾਂ ਦੋਸ਼ੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਦੋਸ਼ੀਆਂ ਨੇ ਪੀੜਤ ਔਰਤ ਅਤੇ ਉਸਦੇ ਪਤੀ ਦੇ ਨਾਲ ਰਸਤੇ ਦੇ ਵਿਚ ਰੋਕ ਕੇ ਮਾਰਕੁੱਟ ਕੀਤੀ ਹੈ। ਪੀੜਤ ਔਰਤ ਅਤੇ ਉਸਦੇ ਪਤੀ ਨੂੰ ਜ਼ਖਮੀ ਹਾਲਤ ਦੇ ਵਿਚ ਹਸਪਤਾਲ ਦੇ ਵਿਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਮੇਰਾ ਨਾਂ ਸੀ ਪਿੰਡ ਬੱਲੜਵਾਲ ਚ ਰਹਿਣ ਵਾਲੀ ਸੋਹਣ ਸਿੰਘ ਦੀ ਵਾਦੀ। ਪਿਛਲੇ ਸਮਾਂ ਤੋਂ 2 ਸਾਲ ਹੋ ਚੱਲੇ ਮੇਰੇ ਨਾਲ ਰੇਪ ਹੋ ਗਿਆ ਸੀ, ਰੇਪ ਕੇਸ ਹੋਇਆ ਸੀ। ਉਹਦੇ ਮੈਂ ਬਿਆਨ ਦੇਣ ਥਾਣੇ ਪਹੁੰਚਿਆ ਅਤੇ ਇਹਦੇ ਤੋਂ ਮੇਰਾ ਜਾਨ ਹਮਲਾ ਕੀਤਾ ਸੀ, ਇਹਨਾਂ ਨੇ ਮਾਰਨ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਕਹਿੰਦੇ ਨੇ ਇਸ ਗੱਲ ਤੋਂ ਕਹਿੰਦੇ ਅੜੀ ਭਾਵੇਂ 2 ਕਿੱਲੇ ਪੈਲੀ ਵਿਕ ਜਾਏ ਪਰ ਆਪਾਂ ਇਹਨੂੰ ਜਾਨੋਂ ਮਾਰ ਕੇ ਰਹਿਣਾ। ਦੋ ਜੀਆਂ ਨੂੰ ਅੱਜ ਸਾਡਾ ਦੋਵਾਂ ਜੀਆਂ ਨੂੰ ਉਹਨਾਂ ਨੇ ਮਾਰ ਕੇ ਹੀ ਸੁੱਟ ਦਿੱਤਾ ਸਾਨੂੰ, ਪਰ ਪੁਲਿਸ ਵੀ ਸਾਡੀ ਕੋਈ ਸੁਣਵਾਈ ਨਹੀਂ ਕਰਨ ਦੀ। ਨਿੰਦਾ ਸਿਉਂ ਦਾ ਰੇਪ ਮੇਰੇ ਨਾਲ ਨਿੰਦਾ ਸਿਉਂ ਨੇ ਕੀਤਾ ਸੀ। ਉਹਦੇ ਨਾਲ ਫਿਰ ਅੱਗੋਂ ਮੁੰਡਾ ਜਗਬੀਰ ਸਿੰਘ, ਗੋਪੀ ਸਿੰਘ, ਕਾਲਾ ਸਿੰਘ, ਇਹਦੇ ਪੁੱਤਰ ਇਹ ਕਾਲੇ ਸਿੰਘ ਦੇ, ਜਿਨ੍ਹਾਂ ਨੇ ਜਾ ਕੇ ਜਾਨੋਂ ਮਾਰਨ ਦੇ ਹਲਮਾ ਕੀਤਾ। ਹਾਂਜੀ, ਇਹ ਜਗਬੀਰ ਸਿੰਘ ਨੇ, ਇਹਨਾਂ ਮੇਰੇ ਨੇ ਜਬਰਦਸਤੀ ਕੱਪੜੇ ਪਾੜ ਦਿੱਤੇ ਨੇ, ਜਾ ਕੇ ਜਾਨੋਂ ਮਾਰਨ ਦੀ ਧਮਕੀ ਇਹਨਾਂ ਹੀ ਦਿੱਤੀ। ਕਾਲ ਨਿੰਦਾ ਸਿਆਂ ਨੇ ਦਵਾਈ, ਨਿੰਦਾ ਸਿਆਂ ਨੇ ਬੰਦੇ ਭੇਜੇ ਦੇ ਨੇ, ਕਹਿੰਦਾ ਇਹਨੂੰ ਮਾਰ ਦਿਓ, ਇਹਨੇ ਸਾਡੇ ਬਿਆਨ ਬੇਰ ਖਿਲਾਫ਼ ਦੇਣ ਦੀ, ਸਾਡੇ ਨਾਲ ਬਹਿ ਕੇ ਪਿੰਡ 'ਚ ਨਿਬੜ ਨਹੀਂ ਦੀ। ਸਾਨੂੰ ਦੋਵਾਂ ਜੀਆਂ ਨੂੰ ਉਹਨਾਂ ਨੇ ਕੁੱਟਿਆ ਸਰ, ਮੈਨੂੰ ਜਾ ਕੇ ਪਿਆਲੀ 'ਚ ਬਾਹਰ ਗਈ ਹੜਵੀਂ ਦਿਓਰ ਦੇ ਡੇਰੇ 'ਚ, ਉੱਥੇ ਜਾ ਕੇ ਪਏ ਨੇ ਗਲ, ਉੱਥੇ ਜਾ ਕੇ ਇਹਨਾਂ ਨੇ ਮੇਰੇ ਨੂੰ ਬਹੁਤ ਜ਼ਿਆਦਾ ਮਾਰ ਕੁਟਾਈ ਕੀਤੀ। ਇਹਨਾਂ ਨੇ ਕੱਪੜੇ ਵੀ ਮੇਰੇ ਪਾੜਤੇ ਨਾ ਨਾ, ਮੈਂ 3 ਦਿਨ ਹੋ ਗਏ, ਪਹਿਲੂ ਵੀ ਰਿਪੋਰਟ ਦੇ ਗਈ ਹਾਂ, ਬਿਆਨ ਦੇਣ ਤੋਂ ਬਾਅਦ ਆਣ ਕੇ ਮੈਂ ਰਿਪੋਰਟ ਦੇ ਗਈ ਹਾਂ ਮੁਨਸ਼ੀ ਸਾਹਿਬ ਨੂੰ, ਦੇ ਗਈ ਰਿਪੋਰਟ, ਕੋਈ ਨਹੀਂ ਮੇਰੀ ਸੁਣਵਾਈ ਕੀਤੀ, ਮੁਲਾਜ਼ਮ ਨਹੀਂ ਭੇਜਿਆ ਇਹਨਾਂ ਨੇ। ਜੇ ਮੈਂ ਕੱਲ੍ਹ ਸੁਬਾਹ ਆਣ ਕੇ ਥਾਣੇ ਪੁੱਛਿਆ, ਮੈਂ ਸਰ ਗਏ ਨਹੀਂ, ਕਹਿੰਦੇ ਸਾਡੇ ਥਾਣੇ ਕੋਈ ਮੁਲਾਜ਼ਮ ਹੀ ਨਹੀਂ ਹੈਗਾ, ਮੁਲਾਜ਼ਮ ਹੋਣ ਤਾਂ ਫਿਰ ਘਰਾਂ ਦੇ। ਹਾਂਜੀ, ਸੋਟੇ ਫੜੇ ਸੀ, ਸੋਟਿਆਂ ਨਾਲ ਮਾਰ ਕਟਾਈ ਕੀਤੀ, ਕੋਈ ਓਦਾਂ ਉਹਨਾਂ ਨੇ ਬਹੁਤ ਜ਼ਿਆਦਾ ਮਾਰ ਕਟਾਈ ਕੀਤੀ। ਮੈਂ ਇਹ ਮੰਗ ਕਰਨੀ ਮੇਰੇ ਇਨਸਾਫ ਦਵਾਇਆ ਜਾਏ ਮੈਨੂੰ। ਮੰਗਾ ਸਿੰਘ ਜੀ, ਮੇਰੇ ਨਾਲ ਬਹੁਤ ਜ਼ਿਆਦਾ ਪਿੰਡ 'ਚ ਧੱਕਾ ਕਰਨ ਡੇ ਨੇ, ਉਹ ਘਰ ਦੀ ਮੇਰੀ ਨੂੰ ਰੇਪ ਕੇਸ ਕੀਤਾ, ਉਦੋਂ ਉਹ ਬੰਦਾ ਇਹਨਾਂ ਨੂੰ ਅੱਗੇ ਲਾਉਂਦਾ ਅਤੇ ਉਹ ਕਹਿੰਦਾ ਵੀ ਜਿੱਥੇ ਅੱਗੇ ਲੈ ਕੇ ਕੱਪੜੇ ਪਾੜ ਕੇ ਲਈ ਫਿਰ ਰਹਿੰਦਾ, ਜਿੱਥੇ ਮਰਜ਼ੀ ਨੰਗੀ ਕਰਕੇ ਲਈ ਫਿਰ ਮੇਰਾ ਕੀ ਪਟਾਲਾ ਕਿ ਇੱਦਾਂ ਕਰਦਾ, ਅਤੇ ਨਾਲੇ ਫੜ ਕੇ ਮੈਨੂੰ ਮੋਟਰਸਾਈਕਲ 'ਤੇ ਜਾਣ ਡਿਆ, ਡਾਂਗ ਮਾਰ ਕੇ ਡੇਗ ਲਿਆ, 3 ਜਣੇ ਹੀ ਬਹੁਤ ਜ਼ਿਆਦਾ ਮਾਰਿਆ, ਅਤੇ ਨਿਗਾਹ ਜਿਹਾ ਮੁੰਡਾ ਜਿਹਨੇ ਮੈਨੂੰ ਉੱਥੇ ਚੁੱਕ ਕੇ ਖੜਿਆ, ਆਪ ਉਹਨਾਂ 'ਤੇ ਮਾਰ ਕੇ ਸੁੱਟਤਾ ਸੀ ਮੈਨੂੰ। ਬਸ ਇਸੇ ਗੱਲ ਉਹ ਜਿਹੜਾ ਨਿੰਦਾ ਨਾ, ਉਹਨੇ ਇਹਨਾਂ ਨੂੰ ਅੱਗੇ ਲਾਇਆ, ਅਤੇ ਬਸ ਆਹ ਚੱਕਰ ਜੇ ਇਹਨਾਂ ਨੂੰ ਅੱਗੇ ਲਾਉਂਦਾ ਅਤੇ ਕਹਿੰਦਾ ਸਾਡੀ ਭਾਵੇਂ 2 ਕਿੱਲੇ ਪੈਲੀ ਵਿਕ ਜਾਏ, ਇਹਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਹੈ। ਉਹ ਕਹਿੰਦਾ ਇਹ ਗੁੰਡਾਗਰਦੀ ਕਰਦਾ ਹੈ, ਗੋਲੀਆਂ ਫੜਾਉਂਦਾ ਪਿੰਡ 'ਚ, ਸ਼ਰਾਬ ਫੜਾਉਂਦਾ ਲੋਕਾਂ ਦੀ, ਇਸ ਤਰ੍ਹਾਂ ਦੇ ਕੰਮ ਕਰਦਾ ਹੁੰਦਾ, ਇਹਨੂੰ ਆਪਾਂ ਪਿੰਡ 'ਚ ਰਹਿਣ ਨਹੀਂ ਦੇਣਾ, ਆਹ ਕੰਮ ਕਰਦਾ ਜੀ। ਨਿੰਦਾ ਸਿੰਘ ਨਾਲ 2 ਅਣਪਛਾਤ ਬੰਦੇ ਸੀ, ਉਹਨਾਂ ਦਾ ਮੈਨੂੰ ਨਹੀਂ ਪਤਾ। ਨਿੰਦਾ ਸਿੰਘ ਨੇ ਜੀ ਘਰ ਦੀ ਨਾਲ ਬਲਾਤਕਾਰ ਕੀਤਾ, ਉਹਦੀ ਵਜ੍ਹਾ ਕਰਕੇ ਉਹ ਮੇਰੇ ਵੈਰ ਪਿਆ, ਉਹ ਆਉਂਦਾ ਪਿੰਡ ਜਿੱਥੇ ਮਰਜ਼ੀ ਲੈ ਕੇ ਚੱਲ ਜਾ, ਕਹਿੰਦਾ ਤੇਰਾ ਕੱਖ ਨਹੀਂ ਬਣ ਦੇਣਾ ਮੈਂ, ਉਹ ਪੈਸੇ ਵਾਲਾ ਬੰਦਾ, ਮੈਂ ਗਰੀਬ ਬੰਦਾ, ਉਹ ਜਿਹਨੂੰ ਮਰਜ਼ੀ ਹੁਣ ਮੇਰੇ ਦੁਆਲੇ ਕਰਾਉਣ ਦਾ। ਤੁਸੀਂ ਮੈਨੂੰ ਹੁਣੇ ਦੱਸਿਆ, ਮੈਂ SHO ਤੋਂ ਪਤਾ ਕਰ ਲੈਣਾ ਕੀ ਹੈ, ਜੋ ਬਣਦੀ ਕਾਰਵਾਈ ਹੋਗੀ ਕਰ ਦਾਂਗੇ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।